ਸੋ ਵੈਲਕਮ ਬੈਕ ਗਾਇਸ, ਕੀ ਹਾਲ ਚਾਲ? ਸਭ ਤੋਂ ਪਹਿਲੀ ਸਾਰੇ ਵਧੀਆ ਹੋਵੋਗੇ। ਮੈਂ ਤੇ ਬਾਪੂ ਪਰਮੇਸ਼ ਵਰਮਾ, ਡਾਕਟਰ ਸਤੀਸ਼ ਵਰਮਾ ਯਾਨੀ ਕਿ ਪਰਮੇਸ਼ ਵਰਮਾ ਦੇ ਡੈਡ, ਅਤੇ ਨਾਲ ਹੀ ਇਸ ਫਿਲਮ ਦੇ ਵਿੱਚ ਉਹਨਾਂ ਦੇ ਨਾਲ ਸਾਥ ਨਿਭਾਉਣ ਵਾਲੇ ਕੋ ਐਕਟਰ, ਅਤੇ ਨਾਲ ਉਹਨਾਂ ਦਾ ਫੀਮੇਲ ਲੀਡ ਤਾਂ ਸੰਜੀਦਾ ਸ਼ੇਖ। ਅਤੇ ਫਿਲਮ ਡਾਇਰੈਕਟ ਕਿਹਨੇ ਕੀਤੀ ਹੈ? ਡਾਇਰੈਕਟਡ ਬਾਈ ਉਦੇ ਪ੍ਰਤਾਪ ਸਿੰਘ। ਓਕੇ, ਇਹ ਵੀ ਪਰਮੇਸ਼ ਵਰਮਾ ਬਾਈ ਦਾ ਦੋਸਤ ਹੀ ਨੇ, ਅਤੇ ਉਹ ਵੀ ਡਾਇਰੈਕਟ ਕਰਦੇ। ਆਈ ਥਿੰਕ ਰੋਕੀ ਮੈਟਲ ਵੀ ਸ਼ਾਇਦ ਇਹਨਾਂ ਨੇ ਕੀਤੀ ਸੀਗੀ, ਸ਼ਾਇਦ, ਪੱਕਾ ਨਹੀਂ ਮੈਂ ਕਹਿ ਸਕਦਾ। ਰਿਟਨ ਬਾਈ ਜਗਦੀਪ ਵੜਿੰਗ, ਡੀ ਓ ਪੀ ਜੈਲੇਸ਼ ਓਬਰੋਏ, ਐਡੀਟਰ ਭਗਤ ਸਿੰਘ ਰਾਵਤ। ਅਤੇ ਆ ਜਾਓ ਅੱਗੇ ਦੇਖੀਏ ਆਪਾਂ, ਬਾਕੀ ਕਾਫੀ ਸਿੰਗਰਸ ਨੇ ਵਿੱਚ, ਠੀਕ ਹੈ। ਅਤੇ ਐਤਕੀ ਪਰਮੇਸ਼ਵਰ ਵਰਮਾ ਨੇ ਆਪ ਕੁਛ ਨਹੀਂ ਗਾਇਆ ਸ਼ਾਇਦ, ਕਿਉਂਕਿ ਸਿੰਗਰਸ ਦਾ ਨਾਮ ਨਹੀਂ ਹੈਗਾ, ਲਿਰਿਕਸ ਅਤੇ ਮਿਊਜ਼ਿਕ ਹੈਗਾ ਹੈ। ਅਤੇ ਪ੍ਰੋਡਿਊਸ ਬਾਏ ਪਰਮੇਸ਼, ਆਸ਼ੂ, ਸੁਖਨ ਵਰਮਾ, ਨਿਕੇਤ ਕਾਵੜੇ, ਠੀਕ ਹੈ। ਮਤਲਬ ਪ੍ਰੋਡਿਊਸ ਕਰਦੀ ਉਹ ਫਿਲਮ ਹੈ, ਕਮਾਇਆ ਤਾਂ ਵੀ ਆਪਣਾ, ਗਿਆ ਤਾਂ ਵੀ ਆਪਣਾ, ਠੀਕ ਹੈ। ਸੋ ਅੱਜ ਦੇਖਿਆ ਮੈਂ ਤੇ ਬਾਪੂ ਟ੍ਰੇਲਰ, ਕੀ ਚੀਜ਼ ਹੈ? ਕਹਿੰਦੇ ਨੇ ਪੁੱਤਰ ਪਿਓ ਦਾ ਪਰਛਾਵਾਂ ਹੁੰਦਾ ਹੈ। ਅੱਛਾ, ਤੇ ਪਿਓ ਪੁੱਤਰ ਦੀ ਢਾਲ, ਜਿਹੜਾ ਮੁਸੀਬਤ ਵੇਲੇ ਪੁੱਤਰ ਅੱਗੇ ਪਹਾੜ ਬਣ ਕੇ ਖੜਾ ਹੋ ਜਾਂਦਾ। ਤੁਹਾਡੇ ਸਾਰੇ ਪਰ ਸਾਰਾ ਘਰ ਖਿਲਾਫ ਭੁਲੇਖੇ ਇਹਨਾਂ ਪਿਓ ਪੁੱਤਾਂ ਨੇ ਦੂਰ ਕਰ ਦੇਣੇ ਆ। ਤੁਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹੋ? ਹਾਂਜੀ ਅੰਕਲ। ਤੇ ਫਿਰ ਵੀ ਵਿਆਹ ਕਰਾਉਣਾ ਚਾਹੁੰਦੇ ਹੋ? ਪਰ ਸਾਡੀ ਇੱਕ ਸ਼ਰਤ ਹੈ ਬੇਟਾ। ਸ਼ਰਤ ਕੀ ਜੀ? ਮਾਹੀ ਨਾਲ ਵਿਆਹ ਤੋਂ ਬਾਅਦ ਤੁਹਾਨੂੰ ਸਾਡੇ ਨਾਲ ਕੈਨੇਡਾ ਜਾਣਾ ਪਏਗਾ। ਉਹ ਚਾਚਾ ਤੂੰ ਹੀ ਕੋਈ ਕਰ ਹੱਲ ਯਾਰ। ਤੇਰਾ ਬਾਪੂ ਕੱਲੇਪਨ ਤੋਂ ਡਰਦਾ, ਕੱਲੇਪਨ ਦੂਰ ਕਰਦੇ ਉਹਦਾ। ਲੱਭਦੇ ਕੋਈ ਸਹਾਰਾ? ਇੱਕ ਮਾਂ, ਦੋ ਨਿਸ਼ਾਨੇ। ਉਸ ਬੱਚੇ ਨੂੰ ਆਪਣੀ ਮਾਂ ਦੀ ਲੋੜ ਹੈ। ਤੁਸੀਂ ਉਸ ਦੇ ਅੰਦਰ ਡਿਪਰੈਸ਼ਨ ਨੂੰ ਨਹੀਂ ਦੇਖ ਰਹੇ, ਮੈਂ ਤਾਂ ਦੇਖ ਰਿਹਾ ਪ੍ਰੋਫੈਸਰ। ਡਿਪਰੈਸ਼ਨ ਦੇਖੋ ਬਾਪੂ। ਲੜਕਾ ਹੋਆ ਜੀ? ਆ ਲੜਕਾ ਇਸ ਉਮਰ ਚ ਮੂੰਹ ਕਾਲਾ ਕਰਾਉਣ ਤੁਰ ਪਿਆ ਵੇ, ਮੂੰਹ ਦੇਖ ਆਪਦਾ, ਚਿੱਟੀ ਤੇਰੀ ਦਾੜੀ ਹੈ। ਲਾਲੀ ਮੈਨੂੰ ਲੱਗਦਾ ਇੱਥੇ ਆਪਣੀ ਬੇਇੱਜ਼ਤੀ ਨਹੀਂ ਹੁੰਦੀ। ਕਤਲ ਹੋਊ ਮੈਂ ਚੱਲਦਾ। ਸੋਰੀ ਮੈਮ, ਅਸੀਂ ਬਾਪੂ ਲਈ ਰਿਸ਼ਤਾ ਦੇਦੇ ਫਿਰਦੇ ਸੀ ਜੀ, ਗਲਤ ਕਰੇ ਆ ਗਏ, ਅਸੀਂ ਚੱਲਦੇ ਹਾਂ ਜੀ। ਨਹੀਂ ਬੇਟਾ, ਮੈਨੂੰ ਪੱਕਾ ਪਤਾ, ਪਤਾ ਪੱਕਾ। ਸਹੀ ਗੱਲ ਹੈ, ਪੱਕਾ ਪਤਾ, ਪਤਾ ਪੱਕਾ। ਅਸੀਂ ਐਡਵਾਂਸ ਬਹੁਤ ਹੈ, ਪਰ ਇੰਨੇ ਐਡਵਾਂਸ ਨਹੀਂ ਵੀ ਪਿਓ ਪੁੱਤ ਇਕੱਠੇ ਹੀ ਵਿਆਹ ਕਰਾਓ। ਹੁਣ ਕਾਕੇ ਤੂੰ ਸੋਚ ਲਾ, ਆਪਣਾ ਵਿਆਹ ਕਰਾਉਣਾ ਹੈ ਜਾਂ ਆਪਣੇ ਬਾਪੂ ਦਾ? ਯਾਰ ਉਹ ਨਹੀਂ ਚਾਹੁੰਦੇ ਕਿ ਮੇਰੇ ਬਾਪੂ ਦਾ ਵਿਆਹ ਹੋਵੇ। ਉਹ ਚਾਹੁਣ ਨਾ ਚਾਹੁਣ, ਤੇਰਾ ਬਾਪੂ ਤਾਂ ਚਾਹੁੰਦਾ। ਮੇਰੇ ਬਾਪ ਪਹਿਲੇ ਆਪ ਵਾਲੇ ਸਟੋਰੀ ਜੀ ਫੀਲ ਹੋ ਰਹੀ ਹੈ ਥੋੜ੍ਹੀ ਥੋੜ੍ਹੀ। ਮਤਲਬ ਕਿ ਉਹ 'ਚ ਵੀ ਇਹੀ ਸੀਗਾ, ਪੁਰਾਣੀ ਆਸ਼ਕੀ ਜਾਗ ਜਾਂਦੀ ਹੈ, ਠੀਕ ਹੈ, ਇਹਦੇ 'ਚ ਨਵੀਂ ਆਸ਼ਕੀ ਜਾਂਦੀ। ਥੋੜ੍ਹਾ ਜਿਹਾ ਕੋਨਸੈਪਟ ਲਿਆ ਗਿਆ, ਰੀਸ ਕੀਤੀ ਗਈ ਹਲਕੀ ਜੀ। ਡੈਡੀ ਤੁਸੀਂ ਧੱਕਾ ਕਰ ਰਹੇ ਹੋ, ਮੈਂ ਸਿਰਫ ਪਿਆਰ ਕਰ ਰਹੀ ਹਾਂ। ਮੇਰੇ ਪਿਆਰ ਖਾਤਰ ਆਪਣਾ ਪਿਆਰ ਨਹੀਂ ਛੱਡ ਸਕਦਾ? ਨਹੀਂ ਛੱਡ ਸਕਦਾ। ਜੇ ਨਹੀਂ ਛੱਡ ਸਕਦੇ ਨਾ ਤਾਂ ਮੈਨੂੰ ਛੱਡ ਦਿਓ। ਉਹ ਪਿਓ ਕਦੇ ਮਾਂ ਨਹੀਂ ਬਣ ਸਕਦਾ, ਅੱਜ ਤੋਂ ਤੂੰ ਮੇਰਾ ਪਿਓ ਨਹੀਂ ਤੇ ਮੈਂ ਤੇਰਾ ਪੁੱਤ ਨਹੀਂ। ਚੱਕ ਰੱਸੀ ਲੱਗ ਗਈ, ਵੰਡੀਆਂ ਪੈ ਗਈਆਂ ਨੇ। ਹੱਲ ਕਰਤੀ ਵੰਡ, ਹੁਣ ਜੇ ਮਾਂ ਦਾ ਪੁੱਤ ਹੈ ਨਾ ਇੱਧਰ ਆਈ। ਚੰਗਣਾ ਤੂੰ ਕਰ ਬਾਪੂ ਸੰਗ ਸਾਰਾ ਕਰ ਬਾਪੂ, ਚੰਗਾ ਨਹੀਂ ਢੰਗ ਬਾਪੂ, ਲਾਉਣ ਲੱਗਾ ਰੰਗ ਬਾਪੂ, ਮੰਗਣਾ ਜੋ ਮੰਗ ਬਾਪੂ, ਪਾ ਨਾ ਤੂੰ ਗੰਦ ਬਾਪੂ। ਮੈਂ ਵੀ ਤਾਂ ਤੇਰੀ ਚੱਪਲ ਮੋੜਤੀ ਸੀ, ਪਰ ਮੈਂ ਇਹ ਐਨਕ ਨਹੀਂ ਮੋੜਾਂਗਾ ਸੋਹਣਿਆ। ਸਾਰੀ ਦੀ ਸਾਰੀ ਫਿਲਮ ਆਲਮੋਸਟ ਨਾ ਮਤਲਬ ਇੱਕ ਘਰ 'ਚ ਹੀ ਸ਼ੂਟ ਕੀਤੀ ਗਈ ਹੈ, ਕੋਈ ਵੱਡਾ ਬਜਟ ਨਹੀਂ ਲੱਗਾ ਮੈਨੂੰ ਜਿੱਥੇ ਤੱਕ ਫੀਲ ਹੋ ਰਿਹਾ ਘਰ ਦੇ ਵਿੱਚ, ਫਿਲਮ ਦੇ ਵਿੱਚ ਮਤਲਬ ਕਿ ਇੱਕੋ ਇੱਕ ਦੋ ਘਰ ਨੇ, ਇੱਕ ਉਹਨਾਂ ਦਾ ਘਰ ਹੈ, ਇੱਕ ਇਹ ਵਾਲਾ ਘਰ ਹੈ, ਠੀਕ ਹੈ, ਇੱਕ ਬੜਾ ਜਿਹਾ ਮੈਡਮ ਦਾ ਘਰ ਹੋਊਗਾ, ਠੀਕ ਹੈ, ਇਹੀ ਹੈ ਬਸ। ਆਪਦੇ ਏਰੀਏ 'ਚ ਰਹੋ ਭਾਈ। ਇਹ ਤਾਂ ਲੋਕ ਲਾਜ ਨੂੰ ਲੱਤਾਂ ਘੁੱਟ ਰਿਹਾ, ਇਹ ਨਾ ਸੋਚੋ ਬਾਪੂ ਦਾ ਪਿਆਰ ਜਾਗ ਗਿਆ, ਲੜਾਈ ਆਪਣੀ ਓਦਾਂ ਹੀ ਆ। ਓ ਹਾਂ, ਇਹ ਤੇ ਪਾਪ ਏ। ਓ ਕੋਈ ਪਾਪ ਪੂਪ ਨਹੀਂ, ਚੱਲ ਇਹ ਮੇਰੇ ਵਾਲੇ ਪਾਸੇ ਆ, ਮੈਂ ਇੱਥੇ ਹੀ ਕਰ ਦੇਣੀ। ਓਏ ਹੋਏ ਹਾਈ, ਓ ਬਾਪੂ
मैं ते बापू ओके सो ये फिल्म ਮੈਨੂੰ ਜ਼ਰੂਰ ਕਮੈਂਟਾਂ 'ਚ ਸਾਰੇ ਦੱਸੋ ਤੁਹਾਨੂੰ ਕਿਵੇਂ ਦਾ ਲੱਗਿਆ ਟ੍ਰੇਲਰ, ਤੁਹਾਨੂੰ ਕਿਵੇਂ ਦਾ ਲੱਗ ਰਿਹਾ ਕਿ ਫਿਲਮ ਕਿਵੇਂ ਦਾ ਪਰਫੋਰਮ ਕਰੂਗੀ ਥੀਏਟਰ ਦੇ ਵਿੱਚ, ਜਾਂ ਕਿਵੇਂ ਤੁਸੀਂ ਦੇਖਣ ਜਾਓਗੇ ਫਿਲਮ ਜਾਂ ਨਹੀਂ ਜਾਓਗੇ। ਕਿਉਂਕਿ ਮੈਨੂੰ ਜਿੱਥੇ ਤੱਕ ਫੀਲ ਹੋਇਆ, ਮੈਨੂੰ ਇੱਕ ਨੋਰਮਲ ਕਾਮੇਡੀ ਫਿਲਮ ਦਾ ਫੀਲ ਆਇਆ। ਆਲਮੋਸਟ ਹਰ ਪੰਜਾਬੀ ਫਿਲਮ ਵਿਆਹ ਦੇ ਰਿਲੇਟਡ ਹੀ ਹੈ, ਕਿਸੇ ਦਾ ਵਿਆਹ ਹੋ ਰਿਹਾ, ਕਿਸੇ ਦਾ ਨਹੀਂ ਹੋ ਰਿਹਾ, ਕਿਸੇ ਦੀ ਸਹੇਲੀ ਦਾ ਹੋ ਗਿਆ, ਕਿਸੇ ਦੇ ਆਸ਼ਕ ਦਾ ਹੋ ਗਿਆ, ਕੁਛ ਹੋ ਗਿਆ, ਮਤਲਬ ਵਿਆਹ ਹੀ ਮੇਨ ਇਹਨਾਂ ਕੋਲ ਇੱਕ ਟੋਪਿਕ ਹੈ। ਠੀਕ ਆ, ਸੋ ਉਸ ਤਰੀਕੇ ਨਾਲ ਠੀਕ ਹੈ ਫਿਲਮ। ਕੌਮੇਡੀ ਉਹਨਾਂ ਐਕਟਰਸ ਨੇ ਕੀਤੀ ਆ ਜਿਹਨੇ ਜਿਹੜੇ ਮਤਲਬ ਥੋੜ੍ਹੇ ਮੈਂ ਮੰਨਦਾ ਕਿ ਮੈਂ ਘੱਟ ਦੇਖਿਆ ਇਹਨਾਂ ਨੂੰ ਐਕਟ ਕਰਦਿਆਂ ਨੂੰ। ਠੀਕ ਆ, ਸੋ ਕੌਮੇਡੀ ਥੋੜ੍ਹੀ ਜਿਹੀ ਹੋਰ ਬੈਟਰ ਹੋ ਸਕਦੀ ਹੈ, ਬਟ ਦੇਖਦੇ ਹਾਂ ਕੀ ਬਣਦਾ, ਕਿਉਂਕਿ ਫਿਲਮ 'ਚ ਕੁਛ ਜ਼ਿਆਦਾ ਵੀ ਨਹੀਂ ਹੈਗਾ ਅਤੇ ਫਿਲਮ 'ਚ ਕੁਛ ਘੱਟ ਵੀ ਨਹੀਂ ਹੈਗਾ, ਐਵਰੇਜ ਟਾਈਪ ਜਿਹਾ ਹਿਸਾਬ ਤਾਂ ਸਮਝ ਆ ਰਿਹਾ, ਬੈਲੈਂਸ ਜਿਹਾ ਹਿਸਾਬ ਤਾਂ ਸਮਝ ਆ ਰਿਹਾ। ਅਤੇ ਬਾਕੀ 22 ਅਪ੍ਰੈਲ ਨੂੰ ਫਿਲਮ ਆ ਜਾਣੀ ਹੈ, ਉੱਦਣ ਜ਼ਰੂਰ ਪਤਾ ਲੱਗ ਜੂਗਾ ਸਾਨੂੰ ਕਿਵੇਂ ਦੀ ਫਿਲਮ ਆ, ਕੀ ਹਿਸਾਬ ਤਾ ਵਾ। ਠੀਕ ਆ, ਅਤੇ ਦੈਟਸ ਆਲ। ਵਿਜੂਅਲ ਤਾਂ ਸੋਹਣੇ ਆ ਫਿਲਮ ਦੇ, ਸਿਨਮੈਟੋਗ੍ਰਾਫੀ ਸੋਹਣੀ ਆ ਫਿਲਮ ਦੀ। ਠੀਕ ਆ, ਬਟ ਸਿਰਫ ਉਹੀ ਚੀਜ਼ਾਂ ਨਹੀਂ ਮੈਟਰ ਕਰਦੀਆਂ ਹੈਗੀਆਂ, ਸਟੋਰੀ ਮੈਟਰ ਕਰਦੀ ਆ। ਸਟੋਰੀ ਕਿਤੇ ਨਾ ਕਿਤੇ ਲੋਕਾਂ ਨੇ ਇਹ ਬੜੀ ਦੇਖੀ ਹੋਈ ਆ। ਠੀਕ ਆ, ਸੋ ਉਸ ਤਰੀਕੇ ਨਾਲ ਮੈਨੂੰ ਪਤਾ ਨਹੀਂ ਕਦੋਂ ਫੀਲ ਲੱਗ ਰਿਹਾ ਕਿ ਸ਼ਾਇਦ ਕਿਤੇ ਲੋਕ ਬੋਰ ਨਾ ਹੋ ਜਾਣ। ਇਹ ਵੀ ਹੋ ਸਕਦਾ ਕਿ ਟ੍ਰੇਲਰ ਆ, ਠੀਕ ਹੈ, ਫਿਲਮ ਅਜੇ ਬਾਕੀ ਆ। ਸੋ ਦੇਖਦੇ ਫਿਲਮ 'ਚ ਕੀ ਬਣਦਾ। ਬਾਕੀ ਦੈਟਸ ਆਲ, ਮੇਰੇ ਛੇਤੀ ਨਵੇਂ ਰਿਐਕਸ਼ਨ ਆ। ਸਤਿ ਸ਼੍ਰੀ ਅਕਾਲ।